जहाँ लिखा, लिखा होता है वहीं शादी होता है तो ऐसे इनके साथ मेरा नॉर्मली मुलाकात मुलाका गया फिर हम दोनों वी जस्ट फॉल इन लव भी खींचा अदर उसके बाद शादी तक का, का बाद वहाँ पे, वाँ पे वाँ एक गुरु को मेरे पापा हमेशा पूजा करते थे मेरे जो हॉस्टल्स था उसके बाहर गुरुद्वारा था तो रोज वहाँ से ये एक ओमकार करके मैं सुनने लग गई थी तो इट अट्रैक्ट मी अ लॉट ਚਲੋ ਮੁਸ਼ਕਲਾਂ ਤੋਂ ਬਾਅਦ ਵਿੱਚ ਪਿਆਰ ਸਿਰੇ ਤਾਂ ਚੜ ਗਿਆ ਪਰ ਇੱਕ ਚੀਜ਼ ਆਂਦੀ ਹੈ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਰੀਤੀ ਰਿਵਾਜ ਦੋਨਾਂ ਸਾਈਡਾਂ ਦੇ ਵੱਖਰੇ ਵੱਖਰੇ ਫਿਰ ਇਸ ਚੀਜ਼ ਤੋਂ ਨਹੀਂ ਆਇਆ ਕਿ ਕਿਹੜੇ ਰਿਵਾਜਾਂ ਦੇ ਨਾਲ ਵਿਆਹ ਹੋਏਗਾ ਪਲੀਜ਼ ਜੀ ਅਸੀਂ ਡਿਸਾਈਡ ਕੀਤਾ ਕਿ ਕਿ ਪਹਿਲਾਂ ਕਿ ਗੁਰਦੁਆਰੇ ਵੀ ਲਾਵਾਂ ਲੈ ਲਈਏ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟ੍ਰੈਡੀਸ਼ਨ ਸਿਗੇ ਅਸੀਂ ਉਹ ਵੀ ਫੋਲੋ ਕੀਤੇ ਆ ਕਿਸੇ ਨੂੰ ਜਾਣੇ ਬਿਨਾ ਅਸੀਂ ਦਿਓ ਕਿਸੇ ਨੂੰ ਘਰ ਬੈ ਕੇ ਜੱਜ ਜਿਹੜਾ ਕਰਨਾ ਉਹ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਹਰੇਕ ਦੀ ਆਪਣੀ ਲਾਈਫ ਸਿਚੁਏਸ਼ਨ ਆ ਹਰੇਕ ਦਾ ਆਪਣਾ এনਵਾਇਰਨਮੈਂਟ ਹੈ ਨਾ ਦਨਿਕ ਸੂਰ TV ਦੇਖ ਰਿਹਾ ਤੁਸੀਂ ਤੇ ਮੈਂ ਹਾਂ ਮਜੀ ਕਹਿੰਦੇ ਨੇ ਕਿ ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ ਪਿਆਰ ਨਾ ਤਾਂ ਰੰਗ ਰੂਪ ਦੇਖਦਾ ਹੈ ਨਾ ਜਾਤਾਂ ਦੇਖਦਾ ਹੈ ਅਜਿਹੇ ਹੀ ਕਈ ਉਦਾਹਰਨਾਂ ਦੇਖਣ ਨੂੰ ਮਿਲੀਆਂ 7 ਸਮੁੰਦਰ ਪਾਰ ਜਾਂ ਗੁਆਂਡੀ ਮੂਲਕ ਪਾਕਿਸਤਾਨ ਦੇ ਵਿੱਚ ਵੀ ਜਾ ਕੇ ਆਪਣੇ ਦੇਸ਼ ਤੋਂ ਜੋ ਵਿਆਹ ਹੋਏ ਨੇ ਅਜਿਹਾ ਹੀ ਇੱਕ ਜੋ ਉਦਾਹਰਨ ਸਾਹਮਣੇ ਆਈ ਹੈ ਸਿੱਖਮ ਦੀ ਕੁੜੀ ਤਨੋਜਾ ਤੇ ਪੰਜਾਬ ਦਾ ਮੁੰਡਾ ਜਸਤ ਜਿਨ੍ਹਾਂ ਨੇ ਕੀ ਹੁਣੇ ਹਾਲ ਹੀ ਦੇ ਵਿੱਚ ਵਿਆਹ ਕਰਵਾਇਆ ਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੇ ਨੇ ਅੱਜ ਉਹ ਸਾਡੇ ਨਾਲ ਹੈ ਤੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਹਾਂਜੀ ਥੈਂਕ ਯੂ ਅਸੀਂ ਇਹ ਜਾਨਣਾ ਚਾਹਾਂਗੇ ਕਿਵੇਂ ਮੇਲ ਹੋਇਆ ਤੁਹਾਡਾ ਦੋਨਾਂ ਦਾ ਅ ਤਨਜਾ ਤੇ ਮੈਂ ਨਾ ਸਭ ਤੋਂ ਪਹਿਲਾਂ ਅਸੀਂ ਇੱਕ ਮੈਰਿਜ ਤੇ ਮਿਲੇ ਸੀ ਮਿਊਚੁਅਲ ਮੈਰਿਜ ਸੀ ਕਿ ਇਹ ਵੀ ਆਪਦੇ ਫਰੈਂਡਸ ਨਾਲ ਆਈ ਸੀ ਤੇ ਇਹਦੇ ਤੇ ਮੇਰੇ ਮਿਊਚੁਅਲ ਫਰੈਂਡਸ ਦੇ ਵਿੱਚ ਅਸੀਂ ਬੈਠੇ ਸੀਗੇ ਟੇਬਲਾਂ ਤੇ ਤੇ ਉੱਥੇ ਮੇਰੀ ਪਹਿਲੀ ਮੁਲਾਕਾਤ ਹੋਈ ਸੀ ਇਹਨਾਂ ਨਾਲ ਹਾਂਜੀ ਤੁਹਾਨੂੰ ਜੇ ਤੁਹਾਨੂੰ ਕੁਝ ਨਾ ਚਾਹਾਂਗੇ ਕਿ ਪੰਜਾਬੀ ਸਰਦਾਰ ਮੁੰਡਾ ਕਿੱਦਾਂ ਪਸੰਦ ਆ ਹਾਂ ਐਕਚੁਅਲੀ ਮੈਂ ਸੈਵਿੰਗਰਸੇ ਯਹਾਂ ਪੇ ਪੜ੍ਹਦੀ ਸੀ ਤੋ इनको इसीलिए पसंद आया कि ये बड़े अच्छे से बात करते हैं एंड एक ना सरदार करके ना क्योंकि वर्ल्ड वाइड पंजाबी को तो जाना जाते हैं वर्ल्ड वाइड तो फिर एक अच्छा लगा इधर रे रे के इधर जब से मैं रहने लग गई थी स्टडी जब से करने लग गई थी तो इससे मेरे को अच्छा लगता था क्योंकि एक जो सरदार होते हैं उनके एक रेस्पेक्ट फेस वैल्यू भी बन जाता है ये करके नहीं कि उनके फेस वैल्यू बन जाता है बोल के बट मुझे अच्छा लगता था पहले से ही और फिर ऐसे जहाँ लिखा होता है वहीं शादी होना होता है तो ऐसे इनके साथ मेरा नॉर्मली मुलाकात हो गया फिर हम दोनों वी जस्ट फॉल इन लव विद इच अदर उसके बाद शादी तक का बात पहुँच गया जस्ट कितने साल पहला मिले हो तुम तो दोनों ਅਸੀਂ ਲਗਭਗ 4 ਸਾਲ ਪਹਿਲਾਂ ਮਿਲੇ ਸੀ ਜੀ ਉਸੇ ਹੀ ਮੈਰਿਜ ਦੇ ਵਿੱਚ ਤੁਹਾਨੂੰ ਮੈਂ ਦੱਸ ਚੁੱਕਾ ਆਲਰੇਡੀ ਹਾਂਜੀ ਅੱਛਾ ਜਦੋਂ ਮਿਲੇ ਤੇ ਫਿਰ ਕਿਉਂਕਿ ਇਹ ਸਿਕਮ ਤੋਂ ਹੈ ਤੁਸੀਂ ਪੰਜਾਬ ਤੋਂ ਫਿਰ ਗੱਲਬਾਤ ਕਿੱਦਾਂ ਸ਼ੁਰੂ ਹੋਈ ਉਵੇਂ ਹੀ ਬਸ ਜਿੱਦਾਂ ਮਿਊਚੁਅਲ ਫਰੈਂਡ ਬੈਠੇ ਆਪਸ ਵਿੱਚ ਗੱਲਾਂ ਕਰਦੇ ਰਹੇ ਫਿਰ ਜਦੋਂ ਕੋਈ ਹੋਰ ਉਹਨਾਂ ਦੇ ਵੀ ਗਾਂ ਫਰੈਂਡ ਮਿਲਦੇ ਨੇ ਫਿਰ ਆਪਾਂ ਗੱਲਾਂ ਬਾਤਾਂ ਕਰਨੀ ਸ਼ੁਰੂ ਕਰਦੀਆਂ ਸੀ ਬਾਕੀ ਇਹ ਗੱਲ ਹੁੰਦੀ ਆ ਕਿ ਜਦੋਂ ਅਸੀਂ ਪਹਿਲੀ ਮੁਲਾਕਾਤ 'ਚ ਕਿਸੇ ਨੂੰ ਮਿਲਦੇ ਹਾਂ ਅਸੀਂ ਇਹ ਚੀਜ਼ ਕਦੇ ਨਹੀਂ ਸੋਚਦੇ ਹੁੰਦੇ ਕਿ ਇਹੀ ਬੰਦਾ ਮੇਰੀ ਲਾਈਫ ਪਾਰਟਨਰ ਬਣ ਜਾਣਾ ਹੈ ਨਾ ਸੋ ਹੁਣ ਵੀ ਅਸੀਂ ਕੇ ਗੇ ਬੈਠ ਕੇ ਗੱਲਾਂ ਕਰਦੇ ਹੁੰਨੇ ਕਿ ਯਾਰ ਆਪਾਂ ਕਿਵੇਂ ਮਿਲੇ ਸੀਗੇ ਅੱਜ ਕਦੇ ਅੱਜ ਤੱਕ ਸੋਚਿਆ ਨਹੀਂ ਸੀ ਸਟਾਰਟਿੰਗ ਦੇ ਵਿੱਚ ਕਿ ਆਪਾਂ ਕਦੇ ਲਾਈਫ ਪਾਰਟਨਰ ਵੀ ਬਣ ਜਾਵਾਂਗੇ ਹੈ ਨਾ ਸੋ ਵਿਆਹ ਕਰਾ ਲਾਂਗੇ ਤੁਨੂ ਜਦੋਂ ਤੁਸੀਂ ਆਪਣੇ ਘਰ ਜਾ ਕੇ ਦੱਸਿਆ ਵੀ ਮੈਨੂੰ ਪੰਜਾਬੀ ਮੁੰਡਾ ਪਸੰਦ ਆ ਫਿਰ ਕਿੱਦਾਂ ਰਿਐਕਟ ਕੀਤਾ ਸਾਰਿਆਂ ਨੇ एक फैमिली एक फैमिली को प्रॉब्लम होता ही है ये ना एक लड़की को जब बोलते इसे शादी हर फैमिली में प्रॉब्लम हो जाता हो ही जाता है ऐसे थोड़ा सा मेरे फैमिली को भी प्रॉब्लम थी थोड़ा बहुत और फिर उन्होंने मैंने उनको उन्होंने यही बताया कि मतलब यही होते हैं ना लास्ट में जाके ये बोलते जहाँ बच्चे की खुशी वहीं शादी कर देते पेरेंट्स तो और एक बात ये भी था कि मेरे पापा जो थे पहले से ही वह गुरु से बहुत जुड़े हुए थे वैसे स्टोरी तो मेरा लंग है तो अभी मैं शर्ट में बताती हूँ तो एक्चुअली जब मैं कॉलेज स्कूल स्कूल जब मैं पढ़ती थी वहाँ पे वहाँ पे पंजाबी नहीं होते हैं तो वहाँ पे बस आर्मी लोग होते हैं जहाँ मैं रहती हूँ सिक्किम में तो हमने हमारे वहाँ पे ऐसे बस आर्मी लोग होते हैं तो मेरे ना वही गुरुजी का फ़ोटो लगा था स्कूल में क्योंकि मेरा बर्न हुआ था 1995 में तभी सोशल मीडिया इंटरनेट ऐसा कुछ भी नहीं था एंड वहाँ पे वह एक गुरु को मेरे पापा हमेशा पूजा करते थे मैंने कभी पूछा ही नहीं कि क्यों पूजा करते हो बोल के वैसे पंजाबी का कुछ भी नहीं पता था मुझे माइंड में इतना ही पता था कि गोल्डन टेंपल है पानी के अंदर एक टेंपल है इतना ही पड़ रहा था तभी तो सोशल मीडिया भी नहीं था तो इसे करते करते फिर जब मेरा कॉलेज यहाँ होना था तो मैं कॉलेज के लिए यहाँ पे आ गई थे तो मैंने सबके रूम पे वही फ़ोटोज़ देखा बाबा जी का फ़ोटो देखा तो मैंने उनको पूछा मैंने पहले पापा के फ़ोन पापा भी मेरे साथ आए थे पापा के पूछा कि पापा ये फ़ोटो है मुझे तो लग रहा था कि को, कोई और है बोल के बट पापा ने बताया यहाँ के गुरु है और जब गर्ल्स ने भी बताया कि यहाँ के गुरु है बोल के मैं हैरान हो गई थी पहले तो मतलब मुझे सच्ची में पता नहीं था और उसके बाद मेरे ये बोलना चाहती हूँ कि मेरे डैडी ज़्यादा मेरे मॉम एंड डैड पहले से जुड़े हुए थे बहुत अच्छे से एंड uh, मेरे को फिर उसके बाद मेरे जो हॉस्टल्स था उसके बाहर गुरुद्वारा था तो रोज़ वहाँ से ये एक ओमकार करके मैं सुनने लग गई थी तो इट अट्रैक्ट मी लॉट फिर मैं uh, गुरुद्वारा चली गई तो मुझे नहीं पता मैं क्यों सडनली रोने लग गई मुझे कुछ पता नहीं मैंने हर लड़की के रूम में बाबा जी का फोटो देखा बट मैं ये बोलना चाहती थी कि मेरे जो डैडी हमेशा पूजा करते थे तो ये फील हुआ था कि कोई पापा के कोई होंगे जो अभी नहीं है इस दुनिया में उनको पूजा करते क्योंकि सच्ची में नहीं पता था इसीलिए नहीं पता था मुझे क्योंकि वहाँ पे पंजाबी नहीं होते हैं और तभी सोशल मीडिया का जमाना भी नहीं था तो हमको पता नहीं लगता है पता ही नहीं था कि गुरु है बोल के तो इसी करके भी हो गया था एंड उसके बाद में गुरुद्वारा गई गुरुद्वारा जाने के बाद ऑटोमेटिक मेरे को पता नहीं कैसे मैं रोने लग गई एंड ऐसे करके भी जब मैंने अपने पेरेंट्स को बोला कि एक सरदार के साथ मेरा रिलेशनशिप है थोड़ा हर पेरेंट्स को प्रॉब्लम्स होती है कि मतलब इतना दूर करके फिर उन्होंने भी टाइम ले लिया बट मेरा मेरा और इनका हम दोनों का ये डिसीज़न था कि हम पेरे, पेरेंट्स के खिलाफ जाके शादी नहीं करेंगे नहीं। तो इन्होंने पहले अपने फैमिली को बताया था कि क्या बोलते हैं मैं किसी से प्यार करता हूँ तो ਉਸ ਕੋ ਤਾਂ ਉਹਨਾਂ ਕ ਹੀ ਬਤਾਏ ਫਿਰ ਆਪ ਤੁਹਾਡੇ ਕੀ ਦੱਸੇ ਸਾਰੇ ਆਂ ਦੇ ਰਿਐਕਸ਼ਨ ਇੱਕ ਚੀਜ਼ ਮੈਂ ਲੈਬਰੇਟਰੀ ਦੀ ਕਰ ਦਿੰਨਾ ਤੰਜਾਂ ਦੀ ਇਹ ਜਿਹੜੇ ਬਾਬਾ ਜੀ ਦੀ ਗੱਲ ਕਰਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਫੋਟੋ ਦੇ ਬਾਰੇ ਗੱਲ ਕਰਦੀ ਆ ਦੂਜੀ ਗੱਲ ਇਹ ਕਹਿ ਰਹੀ ਹੈ ਕਿ ਇਹਦੇ ਪੰਜਾਬੀ ਕਹਿਣ ਤੋਂ ਮਤਲਬ ਸਿੱਖਮਚ ਹੈ ਕਿ ਸਰਦਾਰ ਉੱਥੇ ਹੁੰਦੇ ਨਹੀਂ ਹੈਗੇ ਇਹਨਾਂ ਦੇ ਸਿਰਫ ਆਰਮੀ ਵਾਲੇ ਸਰਦਾਰ ਆ ਜਿਹੜੇ ਦਿਖਦੇ ਆ ਉਹ ਐਕਚੁਅਲ ਸੀ ਹੁਣ ਇਹਦੇ ਬਾਰੇ ਸਾਨੂੰ ਕੀ ਦੱਸਾਂ ਹੁੰਦਾ ਹੀ ਰਹਿੰਦਾ ਜੀ ਮਤਲਬ ਪਹਿਲਾਂ ਮੰਮੀ ਨੂੰ ਦੱਸਿਆ ਭਾਬੀ ਨੂੰ ਦੱਸਿਆ ਉਹਨਾਂ ਨੂੰ ਤਾਂ ਚਲੋ ਕਈ ਨਾ ਪ੍ਰੋਬਲਮ ਨਹੀਂ ਕਿਉਂਕਿ ਮਾਵਾ ਨੂੰ ਇੰਨਾ ਹੁੰਦਾ ਨਹੀਂ ਕਿਉਂਕਿ ਦੁਨੀਆਂ ਵੀ ਜਿਹੜੀਆਂ ਚੀਜ਼ਾਂ ਉਹ ਨਾ ਪਿਓ ਮਾਂ ਨੂੰ ਹੀ ਪਤਾ ਹੁੰਦਾ ਸੋ ਫਿਰ ਡੈਡੀ ਹੁਣਾਂ ਨੂੰ ਵੀ ਦੱਸਿਆ ਮੰਮੀ ਹੁਣਾਂ ਨੇ ਹੌਲੀ ਹੌਲੀ ਕਰਕੇ ਫਿਰ ਡੈਡੀ ਨੂੰ ਇਹਨੇ ਕਿਹਾ ਡੈਡੀ ਮਤਲਬ ਘਰ ਦੇ ਮੇਰੇ ਪਹਿਲਾਂ ਹੀ 3-4 ਸਾਲ ਤੋਂ ਮਗਰ ਪਏ ਹੋਏ ਇਸ ਰਿਸ਼ਤਾ ਕਰਨ ਤੋਂ ਤੇ ਮੈਂ ਜ਼ਿਆਦਾਤਰ ਇਗਨੋਰ ਕਰਦਾ ਪਿਆ ਸੀ ਉਹਦੀਆਂ ਗੱਲਾਂ ਨੂੰ ਮੈਂ ਵੀ ਉਹਨਾਂ ਨੂੰ ਏ ਉਸ ਟਾਈਮ ਲੱਗਾ ਕਿ ਸ਼ਾਇਦ ਇਹ ਇਸ ਕੁੜੀ ਨਾਲ ਹੀ ਕਰਨਾ ਚਾਹੁੰਦਾ ਆ ਵੀ ਇਹ ਦੱਸ ਨਹੀਂ ਪਾਰਿਆ ਤੇ ਨਾ ਜਿਹੜੇ ਹੋਰ ਰਿਸ਼ਤੇ ਲੈ ਕੇ ਆ ਰਹੇ ਨੇ ਉਹ ਵੀ ਨਹੀਂ ਐਕਸੈਪਟ ਕਰ ਰਿਆ ਮੈਰਿਜ ਤੋਂ ਪਹਿਲਾਂ ਮਿਲੇ ਸੀ ਕਦੀ ਤਨੋਜਾ ਤੁਹਾਡੀ ਫੈਮਿਲੀ ਨੂੰ ਨਹੀਂ 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 ਜੀ ਮਤਲਬ ਹਾਂ ਉਦੋਂ ਮਿਲੇ ਸੀ ਜਦੋਂ ਮੈਂ ਘਰੇ ਦੱਸਿਆ ਫਿਰ ਮਲਾਉਣਾ ਤਾਂ ਪੈਂਦਾ ਹੀ ਆ ਕੁੜੀ ਦੇ ਨਾਲ ਹੈਨਾ ਸੋ ਫਿਰ ਇਹ ਉਦੋਂ ਹੋਸਟ ਰਹਿੰਦੀ ਸੀ ਤੇ ਤਾਂ ਕਰਕੇ ਇਹ ਆਪ ਦੀਆਂ ਫਰੈਂਡਸ ਨਾਲ ਆਈ ਸੀ ਮੰਮੀ ਨੂੰ ਮਿਲਣ ਮੇਰੀ ਹਾਂਜੀ ਸੋ ਬਾਕੀ ਡੈਡੀ ਹੁਣੀ ਤੁਹਾਨੂੰ ਪਤਾ ਪੰਜਾਬੀ ਜਿਹੜੇ ਡੈਡੀ ਹੁੰਦੇ ਥੋੜੇ ਗਰਮੀ ਹੁੰਦੇ ਆ ਉਹ ਪਹਿਲਾਂ ਪਹਿਲਾਂ ਤਾਂ ਗੁੱਸੇ ਹੋਏ ਫਿਰ ਮੈਂ ਡੈਡੀ ਨੂੰ ਇਹੀ ਗੱਲ ਕਹੀ ਸੀ ਅੱਗੋਂ ਮਤਲਬ ਆਪਦੇ ਪੇਰੈਂਟਸ ਦੋਨਾਂ ਨੂੰ ਇਹ ਗੱਲ ਕਹੀ ਸੀ ਵੀ ਦੇਖੋ ਇਹ ਮੈਂ ਤੁਹਾਨੂੰ ਤੁਹਾਡੇ ਤੇ ਆਪਣਾ ਡਿਸੀਜਨ ਨਾ ਥੋਪਦਾ ਨਹੀਂ ਪਿਆ ਹੈਗਾ ਮੈਂ ਤੁਹਾਨੂੰ ਸਿਰਫ ਪੁੱਛ ਰਿਹਾ ਹਾਂ ਕਿਉਂਕਿ ਆਪਾਂ ਤੁਹਾਡੇ ਤੋਂ ਵੱਖ ਹੋ ਕੇ ਨਹੀਂ ਮੈਂ ਕੁਝ ਕਰਾ ਸਕਦਾ ਕਿਉਂਕਿ ਇਹ ਮੇਰੀ ਵਰਡਿੰਗ ਜੋ ਮੈਂ ਤੁਹਾਨੂੰ ਦੱਸ ਰਿਹਾ ਉਹੀ ਵਰਡਿੰਗ ਮੇਰੇ ਘਰ ਦੇ ਵਿੱਚ ਸੀਗੀ ਸੋ ਫਿਰ ਉਹਨਾਂ ਨੇ ਇਹਨਾਂ ਥੋੜੀ ਬਹੁਤੀ ਗੱਲ ਕੀਤੀ ਸੋ ਮਤਲਬ ਥੋੜਾ ਕੰਫਰਟੇਬਲ ਹੋਏ 10-15 ਦਿਨਾਂ ਦੇ ਵਿੱਚ ਫਿਰ ਉਹਨਾਂ ਨੂੰ ਲੱਗਾ ਕਿ ਠੀਕ ਆ ਚਲੋ ਇਹਦੀ ਗੱਲਬਾਤ ਹੋ ਲੱਗਾ ਕਿ ਚਲੋ ਕੁੜੀ ਚੰਗੀ ਆ ਸਿਆਣੀ ਆ ਕੋਈ ਗੱਲ ਨਹੀਂ ਹਰ ਚੀਜ਼ ਆ ਨਾਲੇ ਪੜੀ ਲਿਖੀ ਆ ਸੋ ਤਾਂ ਕਰਕੇ ਫਿਰ ਉਹਨਾਂ ਨੇ ਹੌਲੀ-ਹੌਲੀ ਅੱਗੇ ਗੱਲ ਵਧਾ ਲਈ ਫਿਰ ਇਹਨਾਂ ਦੇ ਪੇਰੈਂਟਸ ਨਾਲ ਗੱਲ ਕੀਤੀ ਸੋ ਧੀ ਹੌਲੀ ਹੌਲੀ ਹੋਇਆ ਬਾਕੀ ਦੇਖੋ ਇਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਨਾ ਇੰਨੀਆਂ ਆਸਾਨ ਨਹੀਂ ਹੁੰਦੀਆਂ ਇੱਕ ਕੁੜੀ ਦੇ ਕੁੜੀ ਦੇ ਪੇਰੈਂਟਸ ਵੀ 100 ਤਰ੍ਹਾਂ ਦੀਆਂ ਚੀਜ਼ਾਂ ਦੇਖਦੇ ਆ ਕਿ ਆਪਦੀ ਬੇਟੀ ਨੂੰ ਅਸੀਂ ਕਿਸੇ ਦੇ ਘਰ ਦੇਣਾ ਆ ਸੋ ਉਹ ਜੈਜ ਆ ਅਗਰ ਇਹਨਾਂ ਦੇ ਪੇਰੈਂਟਸ ਨੇ ਕੁਝ ਮੇਰੇ ਓਪੋਨੈਂਟ ਕੀਤਾ ਤੇ ਮੈਂ ਉਹਦੇ ਲਈ ਕੋਈ ਉਹ ਨਹੀਂ ਹੈਗਾ ਮੈਨੂੰ ਲੱਗਦਾ ਕਿ ਉਹ ਹਰੇਕ ਪੇਰੈਂਟਸ ਕੱਲੂ ਅਸੀਂ ਵੀ ਪੇਰੈਂਟਸ ਬਣਨਾ ਆ ਸੋ ਬਹੁਤ ਦੂਰ ਆਣਾ ਨਾ ਚੱਲ ਕੇ ਇੱਕ ਚਲੋ ਮੁਸ਼ਕਲਾਂ ਤੋਂ ਬਾਅਦ ਵਿੱਚ ਪਿਆਰ ਸਿਰੇ ਤਾ ਚੜ ਗਿਆ ਪਰ ਇੱਕ ਚੀਜ਼ ਆਂਦੀ ਹੈ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਰੀਤੀ ਰਿਵਾਜ ਦੋਨਾਂ ਸਾਈਡਾਂ ਤੇ ਵੱਖਰੇ ਵੱਖਰੇ ਫਿਰ ਇਸ ਚੀਜ਼ ਤੋਂ ਨਹੀਂ ਆਇਆ ਕਿ ਕਿਹੜੇ ਰਿਵਾਜਾਂ ਦੇ ਨਾਲ ਵਿਆਹ ਹੋਏਗਾ ਹੁੰਦਾ ਜੀ ਬੜੀ ਪ੍ਰੋਬਲਮ ਹੁੰਦੀ ਆ ਦੇਖੋ ਅਸੀਂ ਹੁਣ ਅੱਜ ਦੇ ਸਮੇਂ ਦੇ ਬੱਚੇ ਹੈਗੇ ਆ ਅਸੀਂ ਥੋੜੀ ਇਹਨਾਂ ਚੀਜ਼ਾਂ ਨੂੰ ਘੱਟ ਸੋਚਦੇ ਹਾਂ ਬਟ ਜਿਹੜੀ ਸਾਡੀ ਸੁਸਾਇਟੀ ਆ ਕੁਝ ਰਿਲੇਟਿਵਸ ਹੋ ਗਏ ਉਹ ਬੜਾ ਇਦਾਂ ਦੀਆਂ ਚੀਜ਼ਾਂ ਸੋਚਦੇ ਨੇ ਚਲੋ ਉਹ ਵੀ ਵਾਜਬ ਹੋ ਸਕਦੀਆਂ ਉਹਨਾਂ ਦੇ ਮੁਤਾਬਕ ਕਿਉਂਕਿ ਉਹ ਪੁਰਾਣੇ ਹਿਸਾਬ ਨਾਲ ਸੋਚਦੇ ਨੇ ਮੈਨੂੰ ਸੱਚੀ ਕੋਈ ਪ੍ਰੋਬਲਮ ਨਹੀਂ ਸੀਗੀ ਸੋ ਫਿਰ ਅਸੀਂ ਜਿੱਦਾਂ ਕਿ ਮਿਊਚੁਅਲ ਅੰਡਰਸਟੈਂਡਿੰਗ ਬਣੀ ਦੋਨੋਂ ਫੈਮਿਲੀਜ਼ ਦੀ ਅਸੀਂ ਇਹ ਡਿਸਾਈਡ ਕੀਤਾ ਕਿ ਪਹਿਲਾਂ ਵੀ ਗੁਰਦੁਆਰੇ ਵੀ ਲਾਵਾਂ ਲੈ ਲਈਆਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟ੍ਰੈਡੀਸ਼ਨ ਸਗੇ ਅਸੀਂ ਉਹ ਵੀ ਫੋਲੋ ਕੀਤੇ ਆ ਕੱਛਾ ਦੋਨਾਰੇ ਵਜਨ ਦੇ ਨਾਲੂ ਆਕੇ ਤਾਂ ਠੀਕ ਹੈ ਜੀ ਤੁਹਾਨੂੰ ਜਦੋਂ ਨਕਸ਼ਨਾ ਚਾਮਗੀ ਜਤੋਂ ਫਿਰ ਇੱਧਰ ਆਈ ਵਾਕੇ ਤਾਂ ਪੰਜਾਬੀ ਬੋਲਣ ਦੇ ਵਿੱਚ ਤਾਂ ਤੁਹਾਨੂੰ ਥੋੜੀ ਜੀ ਦਿੱਕਤ ਆਈ ਹੋਏਗੀ ਸਮਝ ਆ ਜਾਂਦੀ ਪੂਰੀ ਪੰਜਾਬੀ आ, पंजाबी में मुझे ऐसा है कि जो मेरे हस्बैंड मेरे से बात करते उनका समझ आता है क्योंकि वो हमारे पहले रिलेशनशिप से ये मेरे साथ ऑलमोस्ट पंजाबी में बातें करते थे तो समझ आता है इनका आता है बट इनके फैली फैमिली में थोड़ा कम्युनिकेशन प्रॉब्लम हो जाता है बट जो समझ नहीं आता ये फिर बोर देते हैं नहीं तो सब अच्छे हैं ਹਾਂ ਬੜੀ ਸਿੰਪਲ ਫੈਮਿਲੀ ਹੈ ਬੜੇ ਅੱਛੀ ਜੀ ਔਰ ਇੰਗਲਿਸ਼ ਵਿੱਚ ਲੈਬਰੇਟ ਕਰ ਦੇਤਾ ਉਹਨਾਂ ਇਸਕੋ ਸੋ ਵੀ ਕੈਨ ਕਮਿਊਨੀਕੇਟ ਦ ਅੰਡਰਸਟੈਂਡਿੰਗ ਦੇ ਨਾਲ ਸਮਝ ਆ ਜਾਂਦਾ ਹੁਣ ਕਿਵੇਂ ਲੱਗ ਰਿਹਾ ਫਿਰ ਇੱਧਰ ਆ ਕੇ ਪੰਜਾਬ ਚ मेरे को तो बहुत अच्छा लग रहा है बड़े सिंपल फैमिली है इनके मम्मी डैडी बहुत ज़्यादा अंडरस्टैंडिंग है दिल से बोल रही हूँ और बड़े समझते हैं मुझे ऐसा फील ही नहीं हो रहा है कि मैं अपने मेरे को लगता है कि मैं अपने घर पे ही हूँ ये नहीं लग रहा है मैं शादी करके ऑलमोस्ट हमारे वन मंथ हो गया शादी करके आई हुए पर मुझे एक बार भी फील नहीं हुआ है कि मैं शादी किया हूँ और मैं आ, मैं अपने हस्बैंड के घर में हूँ बोल के एक बार भी इनके मम्मी डैडी ने फील होने दिया नहीं सिंपल फैमिली बहुत प्यार करते हैं बहुत केयरिंग नेचर है मेरे को मैं तो हैरान होती हूँ कि कितने अच्छे से केयर करते हैं एंड वो क्या बोलते हैं सच्ची यही बताना चाहती हूँ कि मुझे एक बार भी फील नहीं हुआ है कि मैं क्या बोलते शादी करके अब आई हूँ और ये सब चीज़ क्योंकि प्यार ही इतना मिल रहा है अच्छे से केयर करते अंडरस्टैंडिंग है यही बस इतना ही जस इदा नहीं होया कि जब दोनों ने गल करनी शुरू की थी फिर थोड़ा डर लगता सी भी सिरे चढ़ूंगा नहीं चढ़ूंगा हाँ जी जी ਸਟਾਰਟਿੰਗ ਦੇ ਵਿੱਚ ਐਵੇਂ ਹੀ ਹੁੰਦਾ ਪਹਿਲਾ ਸਾਲ 6 ਮਹੀਨੇ ਤਾਂ ਐਵੇਂ ਹੀ ਗੱਲ ਕਰਦੇ ਰਹੇ ਕਦੇ ਮਾਲਾ ਮੋਟਾ ਸੋਚਿਆ ਵੀ ਨਹੀਂ ਸੀ ਕਿ ਐਵੇਂ ਹੋਊਗਾ ਬਟ ਤੁਹਾਨੂੰ ਪਤਾ ਜਿਵੇਂ ਜਿਵੇਂ ਆਪਣੀ ਬੌਂਡਿੰਗ ਵਧਦੀ ਰਹਿੰਦੀ ਨਾ ਸੋ ਫਿਰ ਆਪਾਂ ਨੂੰ ਇਹ ਲੱਗਦਾ ਰਹਿੰਦਾ ਕਿ ਯਾਰ ਸ਼ਾਇਦ ਇਹੀ ਸਾਡੇ ਵਾਸਤੇ ਵਧੀਆ ਸੋ ਇੱਕ ਗੱਲ ਇਹ ਵੀ ਆ ਜਦੋਂ ਅਸੀਂ ਕੋਈ ਸੋਚ ਲੈਂਦੇ ਨਾ ਫਿਰ ਉਹ ਪਰਮਾਤਮਾ ਆਪੇ ਰਸਤੇ ਬਣਾਉਂਦਾ ਰਹਿੰਦਾ ਹਰ ਚੀਜ਼ ਵਾਸਤੇ ਹੈ ਨਾ ਸੋ ਇਫ ਯੂ ਕੈਨ ਬਲੀਵ ਯੂ ਕੈਨ ਅਚੀਵ ਹੈ ਨਾ ਸੋ ਆਪਾਂ ਉਦਾਂ ਹੀ ਬਸ ਚੱਲਦੇ ਰਹੇ ਵੀ ਆਪਾਂ ਵੀ ਜਦੋਂ ਸੋਚ ਹੀ ਲਿਆ ਵੀ ਕਰਨਾ ਹੀ ਆ ਫਿਰ ਫਿਰ ਔਖਾ ਕੀ ਤੇ ਸੋਖਾ ਵੀ ਉਸ ਚੱਲਦਾ ਹੀ ਆ ਜੀ ਫਿਰ ਆਪਣੇ ਆਪ ਰਸਤੇ ਆਸਾਨ ਹੋ ਜਾਂਦੇ ਆ ਹਾਂਜੀ ਤੁਹਾਨੂੰ ਜੇ ਫਿਰ ਫੈਮਿਲੀ ਨੂੰ ਮਨਾਣਾ ਮੁਸ਼ਕਿਲ ਹੋਇਆ ਉਦੋਂ ਪਰ ਡਰ ਲੱਗਦਾ ਸੀ ਪੂਰਾ ਮੇਰੇ ਫੈਮਿਲੀ ਕੋ ਵੇਸੇ ਮੈਂ Uh, मेरे फैमिली को थोड़ा सा हुआ ऑफ कोर्स जब जब अपने बेटी बोलते दूर जाना है हो ही जाता है थोड़ा सा बट मेरी फैमिली से ओपन माइंड फैमिली से बिलोंग करती हूँ और और मेरे फैमिली में जो मेरी सिस्टर है छोटी सिस्टर और वो सिक्किम गर्ल है तो मैं एक रिनाउंड यूट्यूबर फ़ैमिली से बिलोंग करती हूँ और ये सब चीज़ में इतना पेरेंट्स को फील तो नहीं हुआ बट और सो प्रॉब्लम हुआ फिर जब इनके साथ बात करने लग गए मेरे मॉम डैड फिर उन्होंने एक्सेप्ट कर लिया सभी ने एक्सेप्ट कर लिया फैमिली में अच्छे से थोड़ा तो प्रॉब्लम होता ही चाहे हम लव मैरिज करें या अरेंज मैरिज करें हो ही जाता है एंड जब इन इनसे इन मिली इनसे बातें होने लग गए पेरेंट्स का भी और मेरे सिस्टर्स का भी फिर हाँ जी उन्होंने एक्सेप्ट कर लिया एकदम प्यार से अच्छे से खुशी होकर उन्होंने एक्सेप्ट कर लिया अच्छी तरह से तुम जो जिम्मे सोशल मीडिया पर बहुत सारिया वीडियोज़ भी शेयर करते पे होते होंगे कि लोग जो है जितने पॉजिटिव कमेंट करते उतने नैगेटिव भी बहुत सारे कमेंट आते कि रिस्पॉन्स मिल रहा तह नेगेटिव और पॉजिटिव दोनों कमेंट को मैं पॉजिटिव वे में लेती हूँ क्योंकि बड़े बड़े सेलीब्रिटीज़ को भी नैगेटिव कमेंट तो आता ही है एंड यहाँ पर आता है मेरे को भी नैगेटिव कमेंट एंड ये बोलते हैं कि आ, आ, क्या बोलते है? नेगेटिव कमेंट इस तरह से आते हैं कि मतलब दूर शादी हुआ ये सब चीज़ आते हैं जैसे मेरे को मेरे से ज़्यादा इनको आता है ये बोलते हैं कि पंजाब में शादी क्यों नहीं किया क्योंकि जहाँ मैं सिक्किम में उतना इतना प्रॉब्लम नहीं हुई है कि अपनी खुशी से शादी करने के लिए बट यहाँ पर इनको ज़्यादा प्रॉब्लम इनको ज़्यादा कॉमेंट आता है मैं भी देखती हूँ कॉमेंट पढ़ती हूँ बट मैं ये बोलना चाहती हूँ कि जब इंडियन इंडियन के साथ शादी करते हैं तो लोगों को प्रॉब्लम्स आती होती है क्यों शादी हुआ बोल के बट मैंने यहाँ यहाँ पे ये यह देखा है कि जो पंजाब स्पेशली पंजाब के लोग हैं जो बाहर जाके फॉरेन में शादी करते स्पेशली कनाडा अमेरिका बहुत जाते हैं पंजाब से तो जो वो वहाँ जाके फॉरनर से शादी करते हैं वो क्या फिर एक इंडियन होकर दूसरे इंडियन के साथ शादी कर नहीं है सकते हैं जो फ़ारेन में करते हैं उसका तो कमेंट नहीं आता तो यही मैं मैं इस चीज़ को भी पॉजिटिवली लेती हूँ मैं इतना चीज़ों को मैं ज़्यादा हर चीज़ को नेगेटिवली वे में नहीं रहती हूँ यही बोलना चाहता ਜਸਤੋ ਡੱਕੀ ਕਹਿਣਾ ਮੇਰਾ ਬਸ ਇਹੋ ਹੀ ਕਹਿਣਾ ਵਾ ਇਹ ਇਨਾ ਕਮੈਂਟਾਂ ਨੂੰ ਕਿ ਵੈਸੇ ਤਾਂ ਮੈਂ ਚਲੋ ਇਗਨੋਰ ਕਰਦਾ ਵਾ ਮੈਨੂੰ ਪਤਾ ਕਿ 9 ਸਾਨੂੰ 95% ਜਿਹੜੇ ਬੰਦੇ ਪਿਆਰ ਕਰਨ ਵਾਲੇ ਹੀ ਨੇ ਚਲੋ ਕੋਈ ਨਾ 5% ਦੀ ਵੇ ਆਫ ਥਿੰਕਿੰਗ ਸਾਡੇ ਨਾਲੋਂ ਵੱਖਰੀ ਹੋ ਸਕਦੀ ਹੈ ਹੈਨਾ ਜੀ ਸੋ ਬਾਕੀ ਇਦਾਂ ਹੀ ਆ ਜਿੱਦਾਂ ਤਨਜ ਨੇ ਕਿਹਾ ਉਹ ਸਹੀ ਗੱਲ ਆ ਵੇ ਆਪਾਂ ਇੱਕ ਇੰਡੀਆ ਦੇ ਵਿੱਚ ਰਹਿ ਕੇ ਇੰਡੀਅਨਾਂ ਵੀ ਕਰ ਸਕਦੇ ਆ ਅੱਜ ਕੱਲ ਦੇ ਸਮਾ ਬਹੁਤ ਚੇਂਜ ਹੋ ਗਿਆ ਹੁਣ ਤੇ ਅਸੀਂ ਤਾਂ ਫੇਰ ਵੀ ਇੱਕ ਹਿੰਦੀ ਲੈਂਗੁਏਜ ਦੋਨੋਂ ਬੋਲ ਲੈਨੇ ਆਪਸ ਦੇ ਵਿੱਚ ਹੁਣ ਤੱਕ ਤੁਸੀਂ ਵੇਖਿਆ ਯਾ ਸੋਸ਼ਲ ਮੀਡੀਆ ਤੇ ਤੁਸੀਂ ਇੰਟਰਵਿਊ ਤੋਂ ਪਹਿਲਾਂ ਹੀ ਗੱਲ ਕਹਿ ਦਿੱਤੀ ਕੋਈ ਕੇਸ ਮੁਲਕ ਚ ਗੱਲ ਵਿਆਹ ਕਰ ਰਿਹਾ ਕੋਈ ਕੇਸ ਮੁਲਕ ਚ ਕਾ ਰਿਹਾ ਸੋ ਮੇਰੇ ਹਿਸਾਬ ਨਾਲ ਤੇ ਇਹ ਚੀਜ਼ਾਂ ਹੁਣ ਖਤਮ ਹੋ ਚੁੱਕੀਆਂ ਅੱਜ ਦਾ ਸਮਾਂ ਬਹੁਤ ਸੋਸ਼ਲ ਮੀਡੀਆ ਨੇ ਦੁਨੀਆ ਬਹੁਤ ਛੋਟੀ ਕਰ ਦਿੱਤੀ ਇੱਕ ਦੂਜੇ ਨਾਲ ਸਾਨੂੰ ਬਹੁਤ ਜੋੜ ਦਿੱਤਾ ਹੋਇਆ ਸੋ ਇਹ ਚੀਜ਼ਾਂ ਨੂੰ ਹੁਣ ਇਗਨੋਰ ਕਰਨਾ ਚਾਹੀਦਾ ਹਨਾ ਹਾਂਜੀ ਸੋ ਲਾਸਟ ਦੇ ਵਿੱਚ ਉਹਨਾਂ ਮੈਂ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਵਾ ਜਿੰਨੇ ਕਿ ਮੈਨੂੰ ਪਿਆਰ ਕਰਨ ਵਾਲੇ ਨੇ ਤੇ ਮੈਂ ਇਹਨਾਂ ਦੇ ਦੈਨਿਕ ਸਵੇਰਾ ਟੀਵੀ ਦੇ ਮਾਧਿਅਮ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਜਿਵੇਂ ਜਿਹੜਾ ਮੈਂ ਇਸ ਸੋਸ਼ਲ ਮੀਡੀਆ ਤੋਂ ਜਿਹੜੇ ਮੇਰੇ ਵੀਡੀਓ ਵਾਇਰਲ ਹੋਣ ਤੋਂ ਪਹਿਲਾਂ ਵੀ ਮੈਂ ਚੀ ਸੋਚਦਾ ਕਿ ਜਿਹੜੀ ਮੈਨੂੰ ਸਭ ਤੋਂ ਸੋਸਾਇਟੀ ਦੀ ਕੇ ਵੀਰੇ ਗੱਲ ਲੱਗਦੀ ਹੈ ਕਿ ਜਜਮੈਂਟਲ ਬਹੁਤ ਹੋ ਜਾਂਦੇ ਨੇ ਹਨਾ ਜੱਜ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕਿਸੇ ਦੀ ਘਰ ਦੀ ਸਿਚੁਏਸ਼ਨ ਕੀ ਆ ਕਿਸੇ ਦਾ ਮਾਹੌਲ ਕੀ ਆ ਉਹ ਬਚਪਨ ਉਹਦਾ ਕਿਹੋ ਜਿਹਾ ਬੀਤਿਆ ਉਹ ਬੰਦਾ ਉਹੋ ਜਿਹਾ ਹੋ ਜਾਂਦਾ ਕਿਸੇ ਨੂੰ ਜਾਣੇ ਬਿਨਾ ਅਸੀਂ ਦੂਰੋਂ ਕਿਸੇ ਨੂੰ ਘਰ ਬੈ ਕੇ ਜੱਜ ਜਿਹੜਾ ਕਰਨਾ ਉਹ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਹਰੇਕ ਦੀ ਆਪਣੀ ਲਾਈਫ ਸਿਚੁਏਸ਼ਨ ਆ ਹਰੇਕ ਦਾ ਆਪਣਾ এনवायरमेंट ਆ ਹੈਨਾ ਸੋ ਆਈ ਥਿੰਕ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਪਣੀ ਲਾਈਫ ਦੇਖਣੀ ਚਾਹੀਦੀ ਕਿ ਤੁਸੀਂ ਕਿੱਥੇ ਅਚੀਵ ਕਰਨਾ ਕੀ ਕੁਝ ਕਰਨਾ ਆਪਦੀ ਲਾਈਫ ਚ ਅੱਗੇ ਵਧਣ ਬਾਰੇ ਸੋਚਣਾ ਚਾਹੀਦਾ ਇਨਸਟੈਡ ਆਫ ਜੱਜਿੰਗ ਐਨੀਬਾਡੀ ਐਲਸ ਹੈਨਾ ਹਾਂਜੀ ਜੀ ਧੰਨਵਾਦ तो सन तनुजा ते जस जस जो कि पंजाबी मुंडा ते तनुजा जो सिक्कम दी कुड़ी दोनों ने बहुत मुश्किलों तो बाद करवाया पर खुश ने कि दोनों का मेल हो गया कैमरामैन जतिन नाल मैं हरमनजीत कौर दैनिक सवेरा टीवी जलंधर